ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਗੁਰੂ ਸਾਈਂ ਜੀ ਕਿ ਪਿੰਡ ਦੋਦੇ ਤੋਂ ਜਨਾਬ ਰਾਜਗਿੱਲ ਜੀ ਕਿ ਜਿਨ੍ਹਾਂ ਨੇ ਮੈਨੂੰ ਇਹ ਮਿਊਜ਼ਿਕ ਦੇ ਵਿੱਚ ਮਿਊਜ਼ਿਕ ਦੀ ਲਾਈਨ ਦੇ ਵਿੱਚ ਪਾਇਆ ਕਿ ਜਿਨ੍ਹਾਂ ਕੋਲੋਂ ਮੈਂ ਸਿੱਖਿਆ ਬੜੀ ਅੱਛੀ ਆਵਾਜ਼ ਦੇ ਮਾਲਕ ਉਹ ਵੀ ਅਤੇ ਜਿੰਨਾ ਵੀ ਉਹਨਾਂ ਨੇ ਗਾਇਆ ਧਰਮ ਕੀ ਮੈਟਰੀ ਗਾਇਆ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭੈਣ ਜੀ ਚਰਨਜੀਤ ਕੌਰ ਕਿ ਜਿਨ੍ਹਾਂ ਦੇ ਸਦਕਾ ਅੱਜ ਮੈਂ ਵਧੀਆ ਵਧੀਆ ਜਸ ਅਤੇ ਵਧੀਆ ਪੀਰਾਂ ਦੀ ਗੱਦੀ ਅਸੀਂ ਦੋਵੇਂ ਭੈਣ ਭਰਾ ਰਲ ਕੇ ਕਰ ਰਹੇ ਹਾਂ ਜੀ, ਕਿ ਸਾਡੇ ਘਰ ਦੇ ਵਿੱਚ ਮੇਰੇ ਸਾਈਆਂ ਦੀ ਰਹਿਮਤ ਸ਼ੁਰੂ ਤੋਂ ਹੀ ਆ ਕਿ ਅਸੀਂ ਜਿੰਨੀ ਵੀ ਭਲਾ ਕੀਤਾ ਜੋ ਕੀਤਾ ਸੀ, ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਈ ਜੀ ਸਾਡੇ ਜਨਾਬ ਗੁਰਮੀਤ ਸਿੰਘ ਜੀ ਕਿ ਜਿਨ੍ਹਾਂ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਮੈਂ ਇੱਥੋਂ ਤੀਕਰ ਪਹੁੰਚਿਆ। ਜਦੋਂ ਤੁਸੀਂ ਇਸ ਜਾਗਰਣ ਤੇ ਜਾਂਦੇ ਜੇ ਪੀਰਾਂ ਦੀ ਦਰਗਾਹ ਤੇ ਜਾਂਦੇ ਜੋ ਜਾਗਰਣ ਕਰਦੇ ਹੋ ਉਸ ਦੀਆਂ ਕੋਈ ਚਾਰ ਲੈਣਾ ਸੁਣਾ ਦਿਓ ਜੀ। ਤੇ ਮੈਂ ਮਹਾਮਾਈ ਦਾ ਇੱਕ ਜਸ ਨੂੰ ਭੇਟ ਸੁਣਾਉਣ ਲੱਗਾ ਜੋ ਮੇਰੇ ਗੁਰੂ ਸਾਈਂ ਦੀ ਲਿਖੀ ਹੋਈ ਆ। ਇੰਨੀ ਦੇ ਕੇ ਜਨਮ ਮੈਨੂੰ ਮਾਂ ਮੇਰੀ ਮਰ ਗਈ, ਨੀ ਜਾਣ ਲੱਗੀ ਮੈਂ ਤੇਰੇ ਕਦਮਾਂ 'ਚ ਤਰ ਗਈ। ਆਏ ਤੇਰੇ ਕਦਮਾਂ 'ਚ ਰਹਿਣੀ ਮੇਰੀ ਥਾਂ ਦਾਤੀਏ, ਕਦਮਾਂ 'ਚ ਰਹਿਣੀ ਮੇਰੀ ਥਾਂ ਦਾਤੀਏ, ਨੀ ਮੇਰਾ ਤੂੰ ਹੀ ਐ ਪਿਓ ਤੂੰ ਹੀ ਮਾਂ ਦਾਤੀਏ, ਨੀ ਮੇਰਾ ਤੂੰ ਹੀ ਐ ਪਿਓ ਤੂੰ ਹੀ ਮਾਂ ਦਾਤੀਏ। ਉਹ ਦੇ ਕੇ ਜਨਮ ਮੈਨੂੰ ਮਾਂ ਮੇਰੀ ਮਰ ਗਈ, ਜਾਣ ਲੱਗੀ ਮੈਂ ਤੇਰੇ ਕਦਮਾਂ 'ਚ ਤਰ ਗਈ। ਤੇਰੇ ਕਦਮਾਂ 'ਚ ਰਹਿਣੀ ਮੇਰੀ ਥਾਂ ਦਾਤੀਏ, ਕਦਮਾਂ 'ਚ ਰਹਿਣੀ ਮੇਰੀ ਥਾਂ ਦਾਤੀਏ, ਮੇਰਾ ਤੂੰ ਹੀ ਐ ਪਿਓ ਤੂੰ ਹੀ ਮਾਂ ਦਾਤੀਏ, ਨੀ ਮੇਰਾ ਤੂੰ ਹੀ ਐ ਪਿਓ ਤੂੰ ਹੀ ਮਾਂ ਦਾਤੀਏ। ਇਹ ਤਾਂ ਹੋ ਗਿਆ ਮਾਤਾ ਦੀ ਪੇਟਾ, ਤੇ ਜਿਹੜੇ ਤੁਸੀਂ ਪੀਰਾਂ ਦੀ ਕਵਾਲੀਆਂ ਗਾਉਂਦੇ ਜੇ ਉਸ ਬਾਰੇ ਕੋਈ ਚਾਰ ਲੈਣਾ ਹੋ ਜਾਵੇ। ਵੇ ਆ ਸਾਈਆਂ ਵੇ ਤੈਨੂੰ ਸੱਦ ਪਈ ਮਾਰਾਂ, ਵੇ ਤੂੰ ਮੁਲਖ ਵਸਾ ਲਿਆ ਕਿਹੜਾ, ਏ ਪੰਛੀ ਮੁੜ ਕਰਾਂ ਨੂੰ ਆ ਗਏ, ਤੇ ਕਿਉਂ ਜੀ ਨੀ ਕਰਦਾ ਤੇਰਾ, ਤੇ ਕਿਉਂ ਜੀ ਨੀ ਕਰਦਾ ਤੇਰਾ। ਉਹ ਇੱਕ ਦਿਨ ਕੁਦਰਤ ਹੋ ਗਈ ਰੱਬ ਦੀ, ਪੀਰ ਮੇਰੇ ਨਿਕਲੇ ਨੇ ਚਕਾਰ, ਮਾਤਾ ਰੂੜੀ ਦੇ ਨਜ਼ਰੀ ਪੈ ਗਿਆ, ਓਏ ਮਾਤਾ ਰੂੜੀ ਦੇ ਨਜ਼ਰੀ ਪੈ ਗਿਆ, ਪੀਰ ਮੇਰਾ ਜੰਨਾ ਦਾ ਸਰਦਾਰ, ਉਹਨੇ ਘੁੱਟ ਕੇ ਵਾਗਾਂ ਫੜ ਲਈਆਂ, ਓਏ ਉਹਨੇ ਘੁੱਟ ਕੇ ਵਾਗਾਂ ਫੜ ਲਈਆਂ, ਨਾਲੇ ਰੋਂਦੀ ਐ ਭੁੱਬਾ ਮਾਰ, ਕਹਿੰਦੀ ਐਸ ਨਦੀ ਵਿੱਚ ਡੁੱਬ ਗਿਆ, ਵੇ ਕਹਿੰਦੀ ਐਸ ਨਦੀ ਵਿੱਚ ਡੁੱਬ ਗਿਆ। ਕਹਿੰਦੀ ਐਸ ਨਦੀ ਵਿੱਚ ਡੁੱਬ ਗਿਆ ਮੇਰਾ ਜੰਨਾ ਦਾ ਸਰਦਾਰ, ਕਹਿੰਦਾ ਨਾ ਰੋ ਮਾਤਾ ਮੇਰੀਏ, ਨੀ ਕਹਿੰਦਾ ਨਾ ਰੋ ਮਾਤਾ ਮੇਰੀਏ, ਤੇਰੇ ਅੱਲਾ ਨੇ ਕਾਜ ਸਵਾਰ ਨੇ, ਬੰਦਾ ਕਿਹਦੇ ਪਾਣੀ ਹਾਰ, ਬੰਦਾ ਕਿਹਦੇ ਪਾਣੀ ਹਾਰ, ਨੀ ਬੰਦਾ ਕਿਹਦੇ ਪਾਣੀ ਹਾਰ ਹੋ।